ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Trendy Alert ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਟੌਪ 5 ਕੰਟੈਂਟ ਆਰ ਰੀਲ ਕ੍ਰिएਟਰ ਇਨ ਪੰਜਾਬ ਤਾਂ ਬਹੁਤ ਧੀਰ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਸੋਸ਼ਲ ਮੀਡੀਆ ਸਾਨੂੰ ਸਿਰਫ ਐਂਟਰਟੇਨਮੈਂਟ ਹੀ ਨਹੀਂ ਦਿੰਦਾ ਬਟ ਨਾਲ ਦੀ ਨਾਲ ਬਹੁਤ ਸਾਰੇ ਟੈਲੈਂਟਡ ਪੀਪਲ ਵੀ ਦਿੰਦਾ ਹੈ ਜੋ ਕਿ ਸਾਡਾ ਬਹੁਤ ਹੀ ਵਧੀਆ ਐਂਟਰਟੇਨਮੈਂਟ ਕਰਦੇ ਹਨ ਅਤੇ ਨਾਲ ਦੀ ਨਾਲ ਹੀ ਅਸੀਂ ਉਹਨਾਂ ਦੇ ਡਿਫਰੈਂਟ ਟੈਲੈਂਟ ਤੱਕ ਪਹੁੰਚਦੇ ਹਾਂ ਤਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਜੇ ਹੀ ਬਹੁਤ ਵਧੀਆ ਕੰਟੈਂਟ ਕ੍ਰੀਏਟਰਸ ਬਾਰੇ ਚਲੋ ਅਸੀਂ ਚੱਲਦੇ ਹਾਂ ਬੈਸਟ ਪੰਜਾਬੀ ਵੀਡੀਓ ਕੰਟੈਂਟ ਕ੍ਰੀਏਟਰ ਔਨ ਇੰਸਟਾਗ੍ਰam ਦੀ ਲਿਸਟ ਵੱਲ ਤਾਂ ਇਹਨਾਂ ਦੀ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਸੰਗਤ ਸਰ ਸਿੰਘ ਸੰਗਤ ਸਰ ਸਿੰਘ ਸਹੋਤਾ ਜੋ ਕਿ ਇੱਕ ਪੰਜਾਬੀ ਵੀਡੀਓ ਕੰਟੈਂਟ ਕ੍ਰੀਏਟਰ ਹੈ ਤੁਸੀਂ ਤਾਂ ਇਸ ਨੂੰ ਜਾਣਦੇ ਹੋਵੋਗੇ ਇਹ ਬਹੁਤ ਹੀ ਜ਼ਿਆਦਾ ਵਧੀਆ ਅਤੇ ਫਨੀ ਵੀਡੀਓਜ਼ ਅਪਲੋਡ ਕਰਦਾ ਹੈ ਇਸ ਦੀ ਏਜ 20 ਇਅਰਜ਼ ਓਲਡ ਦੀ ਹੈ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਹੀ ਇਜ਼ ਐਨ ਐਕਟਰ ਡਾਇਰੈਕਟਰ ਐਂਡ ਕਾਮੇਡੀਅਨ ਉਸ ਦਾ ਕੰਟੈਂਟ ਜ਼ਿਆਦਾਤਰ ਪੰਜਾਬੀ ਪੇਰੈਂਟਸ ਤੇ ਬੇਸਡ ਹੁੰਦਾ ਹੈ ਜੋ ਕਿ ਆਪਣੇ ਚਿਲड्रन ਦੇ ਨਾਲ ਪੰਜਾਬੀ ਦੇ ਵਿੱਚ ਕਾਫੀ ਸਾਰੀਆਂ ਫਨੀ ਗੱਲਾਂ ਕਰਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ ਤਾਂ ਚਲੋ ਅਸੀਂ ਨੈਕਸਟ ਚੱਲਦੇ ਹਾਂ ਸੈਕੰਡ ਕੰਟੈਂਟ ਕ੍ਰੀਏਟਰ ਕੇਸ਼ਵਲ ਕੇਸ਼ਵ ਜੋ ਕਿ ਬਹੁਤ ਸਾਰੇ ਲੋਕਾਂ ਦੇ ਫੇਸ ਦੇ ਉੱਤੇ ਸਮਾਈਲਸ ਲੈ ਕੇ ਆਉਂਦਾ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ 22 ਸਾਲਾਂ ਦਾ ਲੜਕਾ ਹੈ ਤੇ ਆਪਣੀਆਂ ਵੀਡੀਓਜ਼ ਹਿੰਦੀ ਤੇ ਪੰਜਾਬੀ ਦੋਨਾਂ ਵਿੱਚ ਹੀ ਪੋਸਟ ਕਰਦਾ ਹੈ ਉਸ ਦੀਆਂ ਇੱਕ ਕਾਮਿਕਲ ਮੀਮਸ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀਆਂ ਹਨ ਸੋਸ਼ਲ ਮੀਡੀਆ ਤੇ ਤੇ ਉਸ ਦੀ ਬਹੁਤ ਹੀ ਜ਼ਿਆਦਾ ਚੰਗੀ ਫੈਨ ਫੋਲੋਇੰਗ ਹੈ ਤੇ ਨੈਕਸਟ ਆਪਾਂ ਚੱਲਦੇ ਹਾਂ ਪੰਜਾਬੀ ਕੰਟੈਂਟ ਕ੍ਰியேਟਰ ਵੱਲ ਜਿਸ ਦਾ ਨਾਮ ਹੈ ਅਮਰੀਨ ਗਿੱਲ ਅਮਰੀਨ ਗਿੱਲ ਜੋ ਕਿ ਪੰਗੜਾ ਤੇ ਗਿੱਧਾ ਐਕਸਪਰਟ ਹੈ ਜਿਹੜੀ ਇੱਕ ਕორეਓਗ੍ਰਾਫਰ ਦੇ ਹੋਣ ਦੇ ਨਾਲ ਨਾਲ ਇੱਕ ਮਾਡਲ ਵੀ ਹੈ ਇਹ ਆਪਣੀਆਂ ਵੀਡੀਓਜ਼ ਦੇ ਥਰੂ ਪੰਜਾਬੀ ਕਲਚਰ ਪ੍ਰੋਮੋਟ ਕਰ ਰਹੀ ਹੈ ਪੰਜਾਬ ਦੇ ਵਿੱਚ ਵੀ ਤੇ ਨਾਲ ਦੀ ਨਾਲ ਹੀ ਫੋਰਨ ਕੰਟਰੀਜ਼ ਦੇ ਵਿੱਚ ਵੀ ਤੇ ਇੱਕ ਫੇਮਸ ਭੰਗੜਾ ਕਵੀਨ ਹੈ ਤਾਂ ਬਹੁਤ ਹੀ ਜ਼ਿਆਦਾ ਨਾਂ ਕਰਦੇ ਹੋਏ ਅਸੀਂ ਚੱਲਦੇ ਹਾਂ ਨੈਕਸਟ ਕੰਟੈਂਟ ਕ੍ਰੀਏਟਰ ਵੱਲ ਨੰਬਰ 4 ਗਗਨਦੀਪ ਸਿੰਘ ਆਨੰਦ ਗਗਨਦੀਪ ਸਿੰਘ ਆਨੰਦ ਜੋ ਕਿ 뮤직 ਵੀਡੀਓਜ਼ ਬਣਾਉਂਦਾ ਸੀ ਆਪਦੇ ਬ੍ਰਦਰ ਦੇ ਨਾਲ ਪ੍ਰੈਂਕ ਵੀਡੀਓਜ਼ ਆਪਣੀ ਫੈਮਿਲੀ ਦੇ ਨਾਲ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਈਆਂ ਗਗਨਦੀਪ ਸਿੰਘ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੇ ਵਿੱਚ ਵੀ ਵੀਡੀਓਜ਼ ਬਣਾਉਂਦਾ ਹੈ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਜ਼ਿਆਦਾ ਫਨੀ ਹੁੰਦੀਆਂ ਹਨ ਅਤੇ ਲੋਕਾਂ ਦੇ ਫੇਸ ਤੇ ਸਮਾਈਲਸ ਲੈ ਕੇ ਆਉਂਦੀਆਂ ਹਨ ਨੰਬਰ 5 ਅਸ਼ ਬ੍ਰੈਚ ਇੱਕ ਲੁਧਿਆਣਵੀ ਬੁਆਏ ਹੈ ਜੋ ਕਿ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਗਿਆ ਸੋਸ਼ਲ ਮੀਡੀਆ ਤੇ ਕਿਉਂਕਿ ਉਸ ਦੇ ਆਪਣੇ ਫਨੀ ਮੌਕਰੀ ਵੀਡੀਓਜ਼ ਦੇ ਨਾਲ ਜੋ ਕਿ ਸੌਂਗਸ ਦੇ ਉੱਪਰ ਫਨੀ ਵੀਡੀਓਜ਼ ਬਣਾਉਂਦਾ ਹੈ ਅਸ਼ ਅਰਸ਼ ਨੂੰ ਸਿੰਗਿੰਗ ਪਸੰਦ ਹੈ ਤੇ ਨਾਲ ਦੀ ਨਾਲ ਉਹ ਸੌਂਗਸ ਵੀ ਲਿਖਦਾ ਹੈ ਪਰ ਇਸ ਟਾਈਮ ਉਹ ਪੰਜਾਬੀ ਸੌਂਗਸ ਨੂੰ ਫਨੀ ਵੇ ਦੇ ਵਿੱਚ ਪ੍ਰੈਜ਼ੈਂਟ ਕਰਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਤੇ ਲੋਕ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ